ਇਹ ਬਣ ਦੇ ਥੱਲੇੋਂ ਪਾਣੀ ਜਿੰਨਾ ਵੀ ਨਿਕਲ ਰਿਹਾ ਇਹ ਕਿਸੇ ਵੇਲੇ ਵੀ ਬਣ ਦਾ ਨੁਕਸਾਨ ਹੋ ਸਕਦਾ ਹੈ ਤੇ ਆ ਜਿੰਨੀ ਜਨਤਾ ਸਾਰੀ ਇਸੇ ਕਰਕੇ ਵੇਖਣ ਲੱਗੀ ਹੈ ਕੋਈ ਲੱਗੇ ਵੀ ਨੇ ਆਪ ਦੇ ਆਪ ਕੰਮ ਕਰਨ ਪਰ ਨਹੀਂ ਜੇ ਇੰਨਾ ਚਿਰ ਪ੍ਰਸ਼ਾਸਨ ਨਾ ਆ ਕੇ ਲੱਗੇਗਾ ਉਹਨਾਂ ਚਿਰ ਜਨਤਾ ਕੀ ਕਰੇਗੀ। ਬੇਨਤੀ ਹੈ ਵੀ ਬੰਨ ਤਾਂ ਵੈਸੇ ਖਤਮ ਹੀ ਹੋਏ ਪਏ ਅੱਜ ਤੋਂ 20 ਸਾਲ ਅਸੀਂ ਪਹਿਲਾਂ 25 ਵੇਣੇ ਹੁੰਦੇ ਇਹ ਬੰਨ ਦੇ ਉੱਤੇ ਨਾ ਡੰਗਰ ਨਹੀਂ ਚੜਨ ਦਿੰਦੇ ਇੰਨੀ ਸਖਤੀ ਸੀ ਦਰਖਤ ਸੀ ਬਹੁਤ ਜ਼ਿਆਦਾ ਹੁਣ ਤਾਂ ਲੋਕਾਂ ਨੇ ਨਾ ਜਿਨ੍ਹਾਂ ਦੀਆਂ ਜ਼ਮੀਨਾਂ ਨਾਲ ਉਹਨਾਂ ਕਰਾ ਕਰਾ ਕੇ ਉੱਥੋਂ ਹੀ ਉਹ ਰੈਂਪ ਬਣਾ ਲਏ ਨੇ ਉਹ ਬੰਨ ਤਾਂ ਵੈਸੇ ਖਤਮ ਹੀ ਨਾ ਦੇ ਬਾਨੇ ਜੀ। ਹਾਲਾਤਾਂ ਦੇ ਹਾਲ ਬਹੁਤ ਮਾੜੇ ਨੇ ਬਾਈ ਜੀ ਵੀ ਇੱਧਰ ਤਾਂ ਫਾਇਦਾ ਕੋਈ ਜਿਹੜੇ ਪਾਸੇ ਮਸ਼ੀਨ ਲਾਈ ਉਸ ਪਾਸੇ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਨਾ ਜਾਂ ਤਾਂ ਇਸ ਪਾਸੇ ਬੰਨ ਦੀ ਬਰਾਮਦੀ ਕੀਤੀ ਜਾਵੇ ਕੁਛ ਵੀ ਕੀਤਾ ਜਾਵੇ ਜਾਂ ਪੱਥਰ ਲਾਇਆ ਜਾਵੇ ਜਾਂ ਇੰਦਰਾ ਵੀ ਗੱਟਾ ਵਗੈਰਾ ਲਾਇਆ ਜਾਵੇ। ਫਿਰੋਜ਼ਪੁਰ ਦੇ ਪਿੰਡ ਹਬੀਬ ਦੇ ਲੋਕਾਂ ਦਾ ਕਹਿਣਾ ਹੈ ਕਿ ਸਤਲੁਜ ਦਰਿਆ ਤੇ ਬੰਨ ਹੇਠੋਂ ਪਾਣੀ ਦਾ ਵਹਾਅ ਕਿਸੇ ਵੇਲੇ ਵੀ ਟੁੱਟ ਸਕਦਾ ਹੈ। ਧੁੱਸੀ ਬੰਨ ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਗੱਲਬਾਤ ਕਰਦਿਆਂ ਲੋਕਾਂ ਦਾ ਕਹਿਣਾ ਹੈ ਕਿ ਦੂਜੇ ਪਾਸੇ ਧੁੱਸੀ ਬੰਨ ਤੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ ਹੈ। ਜੇਕਰ ਜਲਦੀ ਕੋਈ ਪ੍ਰਬੰਧ ਨਹੀਂ ਕੀਤੇ ਗਏ ਤਾਂ ਬੰਨ ਕਿਸੇ ਵੇਲੇ ਵੀ ਟੁੱਟ ਸਕਦਾ ਹੈ ਕਿਉਂਕਿ ਪਾਣੀ ਦਾ ਪੱਧਰ ਵੱਧ ਗਿਆ ਹੈ ਅਤੇ ਜੇਕਰ ਬੰਨ ਟੁੱਟਦਾ ਹੈ ਤਾਂ ਕਈ ਪਿੰਡ ਪਾਣੀ ਦੀ ਮਾਰ ਹੇਠ ਆ ਸਕਦੇ ਹਨ। ਇਹਦੇ ਨਾਲ ਹੀ ਫਿਰੋਜ਼ਪੁਰ ਸ਼ਹਿਰ ਵੀ ਪਾਣੀ ਦੀ ਮਾਰ ਹੇਠ ਆ ਜਾਵੇਗਾ। ਲੋਕਾਂ ਦਾ ਕਹਿਣਾ ਹੈ ਕਿ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਵੀ ਠੋਸ ਪ੍ਰਬੰਧ ਨਹੀਂ ਕੀਤਾ ਗਿਆ। ਬੇਨਤੀ ਹੈ ਵੀ ਬੰਨ ਤਾਂ ਵੈਸੇ ਖਤਮ ਹੀ ਹੋਏ ਪਏ ਅੱਜ ਤੋਂ 20 ਸਾਲ ਅਸੀਂ ਪਹਿਲਾਂ 25 ਵੇਣੇ ਹੁੰਦੇ ਇਹ ਬੰਨ ਦੇ ਉੱਤੇ ਨਾ ਡੰਗਰ ਨਹੀਂ ਚੜਨ ਦਿੰਦੇ ਇੰਨੀ ਸਖਤੀ ਸੀ ਦਰਖਤ ਸੀ ਬਹੁਤ ਜ਼ਿਆਦਾ ਹੁਣ ਤਾਂ ਲੋਕਾਂ ਨੇ ਨਾ ਜਿਨ੍ਹਾਂ ਦੀਆਂ ਜ਼ਮੀਨਾਂ ਨਾਲ ਉਹਨਾਂ ਕਰਾ ਕਰਾ ਕੇ ਉੱਥੋਂ ਹੀ ਉਹ ਰੈਂਪ ਬਣਾ ਲਏ ਨੇ ਉਹ ਬੰਨ ਤਾਂ ਵੈਸੇ ਖਤਮ ਹੀ ਨਾ ਦੇ ਬਾਨੇ ਜੀ ਹੁਣ ਉਹ ਪਿੰਡਾਂ ਦੇ ਨਾਲ ਜਿਹੜੇ ਬੰਨ ਲੱਗਦੇ ਉਹ ਲੋਕਾਂ ਨੇ ਖਿੱਚ ਖਿੱਚ ਕੇ ਘਰਾਂ 'ਚ ਮਿੱਟੀ ਪਾ ਲਈ ਜੀ ਪ੍ਰਸ਼ਾਸਨ ਉਹਦੇ ਲਈ ਧਿਆਨ ਹੀ ਨਹੀਂ ਦਿੰਦਾ ਕੋਈ ਬੰਨ ਤਾਂ ਬਿਲਕੁਲ ਖਤਮ ਹੈ ਜੀ। ਇਸ ਵਕਤ ਹਾਲਾਤ ਕੀ ਹੈ ਬੰਨ ਦੇ? ਇਸ ਟਾਈਮ ਤਾਂ ਜੀ ਇਹ ਜਦੋਂ ਮਰਜ਼ੀ ਪਾਣੀ ਬੰਨ ਟੁੱਟ ਸਕਦਾ ਹੈ ਘੰਟਾ ਵੀ ਕੱਢ ਜੇ ਦੋ ਵੀ ਕੱਢ ਜੇ ਜੇ ਨਾ ਇੱਥੇ ਕੋਈ ਕਾਰਵਾਈ ਹੋਈ ਤੇ ਸ਼ਹਿਰ ਵੀ ਜਾਏਗਾ ਪਿੰਡ ਦਾ ਜਾਣੇ ਜਾਣੇ ਸ਼ਹਿਰ ਪਹਿਲਾਂ ਪਾਣੀ ਵੜੇਗਾ। ਸਮੱਸਿਆ ਵੀਰੇ ਵੇਖੋ ਵੀ ਸਾਰੇ ਲੋਕ ਗਰੀਬ ਘਰ ਨੇ ਔਰ ਰੋਟੀ ਕਿਵੇਂ ਖਾਂਦੇ ਨੇ ਉਹਨਾਂ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਕਿਉਂਕਿ ਆਪਣੀ ਆਪਣੀ ਰੋਟੀ ਆਪ ਕਮਾ ਕੇ ਖਾਣੀ ਹੁੰਦੀ ਉਹ ਸਭ ਗਰੀਬਾਂ ਨੂੰ ਪਤਾ ਹੈ ਕਿਸੇ ਅਮੀਰ ਨੂੰ ਨਹੀਂ ਪਤਾ ਅਮੀਰਾਂ ਨੇ ਤਾਂ ਕੁਰਸੀਆਂ ਤੇ ਬਹਿਣਾ ਤੇ ਕੁਰਸੀਆਂ ਕਮਾ ਛੱਡਣੀਆਂ ਨੇ ਤੇ ਦੁਨੀਆਂ ਨੂੰ ਵੇਖ ਛੱਡਣਾ ਇਹ ਨਹੀਂ ਵੇਖਣਾ ਕਿਸੇ ਨੇ ਕਿਸੇ ਦੇ ਘਰੇ ਪੱਕਦੀ ਕਿ ਨਹੀਂ ਪੱਕਦੀ ਤੇ ਪਾਣੀ ਇਸ ਤੋਂ 10 ਦਿਨ ਹੋ ਗਏ ਨੇ ਪਾਣੀ ਇਸੇ ਤਰ੍ਹਾਂ ਚੱਲਦਾ ਰਿਹਾ ਬਾਰਿਸ਼ਾਂ ਰੁਕ ਗਈਆਂ ਦਰ ਖੁੱਲੇ ਸੀ ਹੁਣ ਉਹਨਾਂ ਦਰ ਬੰਦ ਕਰ ਦਿੱਤੇ ਨੇ ਤੁਸੀਂ ਇਹ ਦੱਸੋ ਵੀ ਪਿੰਡ ਬੀਬ ਕਿਆਂ ਵਾਲਾ ਤੇ ਅਲੀ ਕਿਆਂ ਵਾਲਾ ਦੁਲਚੀ ਵਾਲਾ ਇਹ ਕਿੱਥੇ ਜਾਣਗੇ ਦੱਸੋ ਪਹਿਲਾਂ ਮੈਨੂੰ ਇੱਥੇ ਕੋਈ ਵੇਖਣ ਵਾਲਾ ਨਹੀਂ ਜੇ ਕੋਈ ਚੱਖਣ ਵਾਲਾ ਨਹੀਂ ਜੇ ਤੇ ਕੋਈ ਕਿਸੇ ਨੂੰ ਪੁੱਛਣ ਵਾਲਾ ਨਹੀਂ ਹੈਗਾ ਬਰਾਬਰ ਆ ਚੁੱਕਾ ਪਾਣੀ ਟੱਪ ਗਿਆ ਪਾਣੀ ਤਾਂ ਆ ਚੁੱਕਿਆ ਜੀ ਪਿੰਡ ਨੀਵੇਂ ਨੇ ਹਾਂਜੀ ਪਿੰਡ ਬਹੁਤ ਨੀਵੇਂ ਨੇ ਜੇ ਪਾਣੀ ਆ ਗਿਆ ਤੇ ਸਾਡੀ ਛੱਤਾਂ ਤੋਂ ਉੱਪਰ ਜਾਣਾ ਤੇ ਪਾਣੀ ਸਿਮਣਾ ਸ਼ੁਰੂ ਹੋ ਗਿਆ ਬਿਲਕੁਲ ਜੀ ਸਿਮਣਾ ਸ਼ੁਰੂ ਹੋ ਗਿਆ ਅਸੀਂ ਹੁਣ ਇਹਦੇ ਤੁਸੀਂ ਦੱਸੋ ਵੀ ਅਸੀਂ ਕੀ ਕਰ ਸਕਦੇ ਹਾਂ ਜਿਹੜਾ ਆਇਆ ਉਹ ਕੀ ਕਰ ਰਿਹਾ ਜੀ ਕੋਈ ਕਹਿ ਰਿਹਾ ਤੇ ਗੱਟੇ ਨਹੀਂ ਲੱਗਣੇ ਕੋਈ ਕਹਿ ਰਿਹਾ ਤੇ ਪੱਥਰ ਨਹੀਂ ਲੱਗਣੇ ਦੁਨੀਆ ਡੁੱਬਣੀ ਹੈ ਕੋਈ ਕੁਝ ਨਹੀਂ ਕਰ ਰਿਹਾ ਜੀ ਇਹਦੇ ਸਾਹਮਣੇ ਖੜੇ ਆ ਮੇਰਾ ਪਿੰਡ ਹਬੀਬਕੇ ਇਹ ਬੰਨ ਦੇ ਥੱਲੇੋਂ ਪਾਣੀ ਜਿੰਨਾ ਵੀ ਨਿਕਲ ਰਿਹਾ ਇਹ ਕਿਸੇ ਵੇਲੇ ਵੀ ਬੰਨ ਦਾ ਨੁਕਸਾਨ ਹੋ ਸਕਦਾ ਹੈ ਤੇ ਆ ਜਿੰਨੀ ਜਨਤਾ ਸਾਰੀ ਇਸੇ ਕਰਕੇ ਵੇਖਣ ਲੱਗੀ ਹੈ ਕੋਈ ਲੱਗੇ ਵੀ ਨੇ ਆਪ ਦੇ ਆਪ ਕੰਮ ਕਰਨ ਪਰ ਨਹੀਂ ਜੇ ਇੰਨਾ ਚਿਰ ਪ੍ਰਸ਼ਾਸਨ ਨਾ ਆ ਕੇ ਲੱਗੇਗਾ ਉਹਨਾਂ ਚਿਰ ਜਨਤਾ ਕੀ ਕਰੇਗੀ ਜਨਤਾ ਦੇ ਪੱਲੇ ਉਹਨਾਂ ਚਿਰ ਕੁਛ ਵੀ ਨਹੀਂ ਹੈਗਾ। ਪਾਣੀ ਰਿਸ ਰਿਹਾ ਕਿੱਥੋਂ ਰਿਸ ਰਿਹਾ? ਇਹ ਰਿਸ ਰਿਹਾ ਹਬੀਬਕੇ ਦੇ ਨਾਲ ਹੀ ਹੈ ਪਿੰਡ ਥੱਲੇ ਬੰਨ ਦੇ ਚੱਲ ਰਿਹਾ ਜੇਕਰ ਕੋਈ ਗੇਟ ਵੀ ਚੱਕਿਆ ਜਾਂਦਾ ਥੋੜ੍ਹਾ ਜਿਹਾ ਪਾਣੀ ਡਾਊਨ ਹੋ ਜਾਏ ਤਾਂ ਆਟੋਮੈਟਿਕ ਫਰਕ ਪਏਗਾ ਕੁਛ ਨਾ ਕੁਛ ਗੇਟਾਂ ਪਾਸੇ ਵੀ ਧਿਆਨ ਹੈ ਨਹੀਂ ਕਿਸੇ ਦਾ ਪਾਣੀ ਵਧਿਆ ਹੋਇਆ ਪਾਣੀ ਵਧਿਆ ਕਾਫੀ ਵਧਿਆ ਅੱਗੇ ਨਾਲੋਂ ਹਾਲਾਤਾਂ ਦੇ ਹਾਲ ਬਹੁਤ ਮਾੜੇ ਨੇ ਬਾਈ ਜੀ ਵੀ ਇੱਧਰ ਤਾਂ ਫਾਇਦਾ ਕੋਈ ਜਿਹੜੇ ਪਾਸੇ ਮਸ਼ੀਨ ਲਾਈ ਉਸ ਪਾਸੇ ਸਾਨੂੰ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਨਾ ਜਾਂ ਤਾਂ ਇਸ ਪਾਸੇ ਬੰਨ ਦੀ ਬਰਾਮਦੀ ਕੀਤੀ ਜਾਵੇ ਕੁਛ ਵੀ ਕੀਤਾ ਜਾਵੇ ਜਾਂ ਪੱਥਰ ਲਾਇਆ ਜਾਵੇ ਜਾਂ ਇੰਦਰਾ ਵੀ ਗੱਟਾ ਵਗੈਰਾ ਲਾਇਆ ਜਾਵੇ ਮਿੱਟੀ ਪਾਈ ਜਾਵੇ ਸਾਨੂੰ ਇਸ ਪਾਸੇ ਤਾਂ ਕੋਈ ਜਿਹੜੀ ਮਸ਼ੀਨ ਲਾਈ ਕੋਈ ਵੀ ਫਾਇਦਾ ਵੀ ਨਹੀਂ ਇੱਕ ਰੁਪਈਆ ਵੀ ਇਹਦਾ ਨਹੀਂ ਫਾਇਦਾ ਹੈਗਾ। ਪਾਣੀ ਕਿਹੜੇ ਪਾਸੇ ਆ ਤਾਂ ਮਸ਼ੀਨ ਕਿਹੜੇ ਪਾਸੇ ਮਸ਼ੀਨ ਪਿੰਡ ਵਾਲੇ ਪਾਸੇ ਮਸ਼ੀਨ ਲਾਈ ਹੈ ਦੂਜੇ ਪਾਸੇ ਦਰਿਆ ਹੈਗਾ ਦਰਿਆ ਵਾਲੇ ਪਾਸੇ ਮਸ਼ੀਨ ਚਾਹੀਦੀ ਸੀ ਕਿ ਬੰਨ ਪਿੰਡ ਵਾਲੇ ਪਾਸੇ ਚਾਹੀਦੀ ਸੀ ਜੇ ਪਾਣੀ ਦੀ ਜੇ ਆਪਾਂ ਰੁਕਾਵਟ ਕਰਾਂਗੇ ਜੇ ਦਰਿਆ ਵਾਲੇ ਪਾਸੇ ਹੋਊਗੀ ਤਾਂ ਬੰਨ ਵਾਲੇ ਪਾਸੇ ਪਿੰਡ ਵੀ ਰੁਕਾਵਟ ਪਊਗੀ ਪਾਣੀ ਤਾਂ ਕਾਫੀ ਵਧਿਆ ਇੱਧਰ ਤਾਂ ਬਹੁਤ ਇੱਧਰ ਜਨਤਾ ਵੇਖੋ ਕਿੰਨੀ ਜਨਤਾ ਇਕੱਠੀ ਹੋਈ ਹੈ ਇਸ ਮੌਕੇ ਤੇ SDM ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਕੁਝ ਨਹੀਂ ਹੈ ਬੰਨ ਬਿਲਕੁਲ ਠੀਕ ਹੈ ਕੁਝ ਪਾਣੀ ਵਹਿ ਗਿਆ ਸੀ ਜਿੱਥੇ ਮਿੱਟੀ ਪਾ ਕੇ ਠੀਕ ਕਰਨਾ ਪੈਂਦਾ ਹੈ
उन्हों का कहना है कि लोग अफवाहों पर ध्यान ना दें, उन्हों वालों ठोस प्रबंध किए जा रहे हैं। सवेरे जड़े आए थे कि इतों एक ब्रीच होया, इतने कोई ब्रीच नहीं होया, सीपेज हुई सी बंदे उपर, वो इतने एक्स एल साहब भी आ गए ने, वो सारे भी ऑफिसर है तो अंडर कंट्रोल हैगा, जो जो कार्रवाई करनी बनती वो की जा रही है। इस तरह की कोई अफवाह के उपर ध्यान ना दिता जाए, सिचुएशन अंडर कंट्रोल चल रही है, तो कोई घबराने वाली गल नहीं। हबीब के है, हबीब के जेडे सतलुज दरिया के कंडे पर जोड़ा बन है वो थलों की सीपेज की जी सी जिसन कंट्रोल हूँ कर लिया गया है। पानी ठीक चल रहा है जी, तकरीबन 57,000 क्यूसैक्स से हुसैनी वाले तो निकलिया थोड़ी देर देख के, जोड़ा पिछों पानी आ रहा है क्योंकि पिछले ब्यास सतलुज का पानी इकट्ठा होकर आ रहा है, ब्यास के पिछे जो फ्लैश फ्लड्स आने करके थोड़ा जहा पानी बढ़ गया, पर हूँ पिछों सारा निकल रहा है कंट्रोल चल रहा। लोगों को यही है कि ध्यान रखन, वैसे क्योंकि पानी हैगा इसलिए सुचेत रहन, पर अफवाहों पर ध्यान ना देन, कोई बन किसी प्रकार पास कोई ब्रीच नहीं होया, सो यही मैं सुनेहा देना चाहूंगा। अजीत पंजाबी दी ऑथेंटिक खबरां दे लई सबसक्राइब करो अजीत वैब टीवी, ताज़ी खबरां दी नोटिफिकेशन पाउण दे लई बैल आइकन ते क्लिक करो।